ਮੇਰੇ ਹਸਬੈਂਡ ਦੀ ਡੈਥ ਹੋ ਗਈ, ਮੇਰੀ ਬੇਟੀ ਨੂੰ ਛੱਡ ਕੇ। ਹੁੰਦਿਆਂ ਦੀਆਂ ਤਸਵੀਰਾਂ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ, ਪਰ ਕੀ ਕੋਈ ਧੀ ਆਪਣੀ ਬਜ਼ੁਰਗ ਮਾਂ ਨੂੰ ਸਹਾਰਾ ਦੇਣ ਦੀ ਬਜਾਏ ਬਿਰਧ ਆਸ਼ਰਮ 'ਚ ਛੱਡ ਸਕਦੀ ਹੈ? ਇਸ ਗੱਲ ਨੂੰ ਸੁਣ ਤੁਸੀਂ ਹੈਰਾਨ ਹੋ ਗਏ ਹੋਵੋਗੇ, ਪਰ ਅਜਿਹਾ ਹੀ ਹੋਇਆ ਇਸ ਬਦਨਸੀਬ ਬਜ਼ੁਰਗ ਮਾਂ ਨਾਲ, ਜਿਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੀ ਧੀ ਨੇ ਵੀ ਉਸਦਾ ਸਾਥ ਛੱਡ ਦਿੱਤਾ। ਤਾਂ ਦੈਨਿਕ ਸਵੇਰਾ ਦੇ ਖਾਸ ਪ੍ਰੋਗਰਾਮ 'ਚ ਅੱਜ ਗੱਲ ਬਿਰਧ ਆਸ਼ਰਮ 'ਚ ਰਹਿ ਰਹੇ ਪਟਿਆਲਾ ਦੀ ਵਸਨੀਕ ਬਜ਼ੁਰਗ ਮਹਿਲਾ ਹਰਪ੍ਰੀਤ ਕੌਰ ਦੀ। ਬਸ ਮੇਰੇ ਹਸਬੈਂਡ ਡੈਥ ਹੋ ਗਈ, ਬੇਟੀ ਮੇਰੀ ਉਰੇ ਛੱਡ ਗਈ। ਤੁਹਾਡੀ ਬੇਟੀ ਇੱਥੇ ਛੱਡ ਗਈ, ਤੇ ਤੁਹਾਡੀ ਬੇਟੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਮਾਂ ਹੋ ਮੇਰੀ, ਤੁਸੀਂ ਮੇਰੇ ਨਾਲ ਰਹੋ, ਕੋਈ ਚੱਕਰ ਨਹੀਂ ਹੈ, ਆਪਾਂ ਸੰਭਾਲ ਲਾਂਗੇ ਤੁਹਾਨੂੰ? ਨਾ ਜੀ। ਕਿਉਂ? ਬਸ ਅੱਜ ਕੱਲ੍ਹ ਇਸ ਤਰ੍ਹਾਂ ਹੀ ਹੈ ਜ਼ਮਾਨਾ ਹੀ। ਤੇ ਤੁਹਾਡੇ ਹੋਰ ਕੌਣ ਕੌਣ ਰਿਸ਼ਤੇਦਾਰ ਹੈਗੇ ਆ, ਕੋਈ ਭਤੀਜਾ ਭਾਂਜਾ ਕੋਈ ਹੈਗੇ? ਹਾਂਜੀ, ਮੇਰੇ ਭਤੀਜੇ ਹੈਗੇ ਆ। ਤੇ ਉਹਨੇ ਤੁਹਾਨੂੰ ਨਾਲ ਕਹਿੰਦੇ ਕਿ ਮੇਰੇ ਨਾਲ ਆ ਕੇ ਰਹੋ? ਨਾ ਜੀ। ਤੁਹਾਨੂੰ ਕੀ ਲੱਗਦਾ ਇਦਾਂ ਕਿਉਂ ਹੁੰਦਾ ਪਿਆ ਅੱਜ ਕੱਲ? ਬਸ ਜਿਸ ਤਰ੍ਹਾਂ ਹਵਾ ਹੀ ਚੱਲ ਪਈ ਇਦਾਂ ਦੀ। ਤੁਹਾਡਾ ਦਿਲ ਨਹੀਂ ਕਰਦਾ ਤੁਸੀਂ ਆਪਣੀ ਧੀ ਦੇ ਨਾਲ ਜਾ ਕੇ ਰਹੋ? ਕਰਦਾ ਤੇ ਹੈ, ਪਰ ਕੀ ਕਰੀਏ, ਅੱਜ ਕੱਲ ਲੈ ਜਾਂਦਾ ਹੀ ਕੋਈ ਨਹੀਂ, ਕੋਈ ਨਹੀਂ ਲੈ ਜਾਂਦਾ ਅੱਜ ਕੱਲ। ਕਿਉਂ ਇਦਾਂ ਦਾ ਕਾਰਨ ਬਣਿਆ ਕਿ ਤੁਹਾਡੀ ਜਿਹੜੀ ਧੀ ਹੈ, ਹੈ ਨਾ, ਚਲੋ ਵਿਆਹ ਹੋਇਆ ਹੋਣਾ ਉਹਨਾਂ ਦਾ, ਹੈ ਨਾ, ਉਹਨਾਂ ਦਾ ਜਿਹੜਾ ਹਸਬੈਂਡ ਆ, ਜਿਹੜਾ ਤੁਹਾਡਾ ਜਵਾਈ ਹੈ, ਹੈ ਨਾ, ਉਹ ਵੀ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਨਾਲ ਆ ਕੇ ਰਹੋ, ਕਿਉਂਕਿ ਜਵਾਈ ਕਈ ਵਾਰੀ ਕਹਿੰਦੇ ਨੇ ਜੇ ਪੁੱਤ ਨਾ ਹੋਵੇ ਤਾਂ ਜਵਾਈ ਪੁੱਤਾਂ ਵਾਂਗੂ ਆ ਜਾਂਦੇ ਆ ਸਾਹਮਣੇ? ਨਾ ਜੀ, ਨਾ ਕਿਸੇ ਨੇ ਵੀ ਨਹੀਂ ਕਿਹਾ ਕੁਛ ਵੀ। ਅਤੇ ਜਦੋਂ ਤੁਸੀਂ ਆਪਣੇ ਬੱਚਿਆਂ ਦਾ ਪਾਲਦੇ ਸੀ, ਆਪਣੇ ਬੱਚਿਆਂ ਨੂੰ ਵੱਡਾ ਕਰ ਰਹੇ ਸੀ, ਜੇ ਬਾਈ ਚਾਂਸ ਉਦੋਂ ਇੱਦਾਂ ਦੀ ਕੋਈ ਕੰਡੀਸ਼ਨ ਆ ਜਾਂਦੀ ਤਾਂ ਤੁਹਾਡੇ, ਤੁਸੀਂ ਆਪਣੇ ਬੱਚਿਆਂ ਨੂੰ ਛੱਡ ਸਕਦੇ ਸੀ? ਨਾ ਜੀ, ਬਿਲਕੁਲ ਨਹੀਂ। ਬੱਚੇ ਕਿਉਂ ਛੱਡ ਦਿੰਦੇ ਆਪਣੇ ਮਾਪਿਆਂ ਨੂੰ ਇੱਦਾਂ ਕਿ ਬਿਰਧ ਆਸ਼ਰਮ 'ਚ ਰੋਜ਼ ਆ ਕੇ ਜੀ ਸਾਡੇ ਕੋਲ ਨਹੀਂ ਪਾਲਿਆ ਜਾਂਦਾ? ਬਸ ਅੱਜ ਕੱਲ੍ਹ ਹਵਾ ਹੀ ਅਸੀਂ ਚੱਲ ਰਹੀ ਹੈ, ਕਿਆ ਕਰੀਏ। ਜਿਹੜੇ ਹੁਣ ਇੱਥੇ ਹੋਰ ਵੀ ਬੱਚੇ ਇਸ ਪ੍ਰੋਗਰਾਮ ਨੂੰ ਦੇਖਦੇ ਹੋਣਗੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਬਸ ਉਹਨਾਂ ਨੂੰ ਇਹੀ ਹੈ, ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।